ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਇਹ ਜੋ ਸਟੂਡੈਂਟ ਨੇ ਜਿਨ੍ਹਾਂ ਦੀ ਤੁਸੀਂ ਵੀਡੀਓ ਦੇ ਵਿੱਚ ਫੋਟੋ ਦੇਖ ਰਹੇ ਹੋ ਇਹਨਾਂ ਦਾ ਨਾਮ ਹੈ ਖੁਆਇਸ਼ ਇਹੀ ਸਟੂਡੈਂਟ ਪਹਿਲਾਂ ਇੱਕ ਵਾਰ ਰਿਫਿਊਜ਼ਡ ਨੇ ਰਿਫਿਊਜ਼ਲ ਦਾ ਕਾਰਨ ਹੈ ਇਹਨਾਂ ਦੇ ਘੱਟ ਮਾਰਕਸ ਇਹਨਾਂ ਦੇ 10th ਦੇ ਵਿੱਚ ਮਾਰਕਸ ਬਹੁਤ ਘੱਟ ਨੇ ਮੈਕਸਿਮਮ ਜੋ ਮਾਰਕਸ ਨੇ ਉਹ 40 ਦੀ ਲਾਈਨ 'ਚ ਨੇ 45 49 48 ਉਸ ਤੋਂ ਬਾਅਦ ਇਹਨਾਂ ਨੇ 12th ਕੀਤੀ 12th ਆਰਟਸ ਦੇ ਨਾਲ ਕੀਤੀ ਹੈ ਬਟ ਇਹਨਾਂ ਕੋਲ ਸਬਜੈਕਟ ਹੈ ਇਕਨੋਮਿਕਸ ਪੋਲੀਟੀਕਲ ਸਾਇੰਸ ਇਕਨੋਮਿਕਸ ਦੇ ਵਿੱਚ ਵੀ ਇਹਨਾਂ ਦੇ ਮਾਰਕਸ ਬਿਲੋ 60 ਨੇ ਸਿਰਫ 50 ਮਾਰਕਸ ਨੇ ਤੇ ਇੱਕ ਦੋ ਸਬਜੈਕਟਸ ਦੇ ਵਿੱਚ ਹੋਰ ਇਹਨਾਂ ਦੇ 60 ਬਿਲੋ ਮਾਰਕਸ ਨੇ ਤਾਂ ਲੋ ਅਕੈਡਮਿਕ ਕਰਕੇ ਇਹ ਸਟੂਡੈਂਟ ਪਹਿਲਾਂ ਇੱਕ ਵਾਰ ਰਿਫਿਊਜ਼ਡ ਸੀਗੇ ਸੇਮ ਕਾਲਜ ਜੋ ਇਹਨਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਅਸੀਂ ਸੇਮ ਕਾਲਜ ਦੇ ਵਿੱਚ ਇਹਨਾਂ ਦੀ ਐਪਲੀਕੇਸ਼ਨ ਨੂੰ ਰੀਅਪਲਾਈ ਕੀਤਾ ਇਹਨਾਂ ਦੀ ਐਪਲੀਕੇਸ਼ਨ ਤੇ ਵਰਕ ਕੀਤਾ ਐਂਡ ਅੱਜ ਇਹਨਾਂ ਦੀ ਪੀਪੀਆਰ ਆ ਗਈ ਹੈ ਮੇਨ ਟੇਕ ਦੇ ਲਈ ਸੋ ਜੇਕਰ ਤੁਹਾਡੇ ਵੀ ਐਜੂਕੇਸ਼ਨ ਦੇ ਵਿੱਚ ਤੁਹਾਡੀ 10th 12th ਜਾਂ ਹਾਇਰ ਐਜੂਕੇਸ਼ਨ ਦੇ ਵਿੱਚ ਮਾਰਕਸ ਘੱਟ ਨੇ ਲੋ ਅਕੈਡਮਿਕ ਨਾਲ ਵੀ ਵੀਜ਼ਾ ਲਿਆ ਜਾ ਸਕਦਾ ਹੈ ਡਿਪੈਂਡ ਕਰਦਾ ਹੈ ਕਿ ਤੁਸੀਂ ਕੋਰਸ ਕੀ ਲੈ ਰਹੇ ਹੋ ਆਪਣੀ ਫਾਈਲ ਨੂੰ ਪੁੱਟ ਅਪ ਕਿੱਦਾਂ ਕਰ ਰਹੇ ਹੋ ਐਸਓਪੀ ਦੇ ਵਿੱਚ ਇਸ ਚੀਜ਼ ਦੀ ਐਕਸਪਲੇਨੇਸ਼ਨ ਕਿੱਦਾਂ ਦੇ ਰਹੇ ਹੋ ਸੋ ਜੇਕਰ ਤੁਹਾਡੀ ਪ੍ਰੋਫਾਈਲ ਦੇ ਵੀ ਅਕੈਡਮਿਕ ਵੀਕਸ ਨੇ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰਸ ਤੇ ਕੰਟੈਕਟ ਕਰੋ ਤੇ ਤੁਸੀਂ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ ਜਾਂ ਸਾਡੇ ਥਰੂ ਅਸੈਸ ਕਰਾ ਕੇ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਥੈਂਕ ਯੂ